ਸਤਿ ਸ਼੍ਰੀ ਅਕਾਲ ਜੀ ਕੀ ਹਾਲੇ ਤੁਹਾਡਾ ਠੀਕ ਠਾਕ ਹੋਰ ਸੁਣਾਓ ਜੀ ਕੀ ਹੋ ਰਿਹਾ ਜੀ ਤਤੀਆਂ ਤਤੀਆਂ ਸ਼ੈਵਾ ਤੇ ਠੰਡੀਆਂ ਠਟਨੀਆਂ ਵਾਵਾ ਤੇ ਗਿਲੀਆਂ ਗਿਲੀਆਂ ਕਣੀਆਂ ਹੋਰ ਸੁਣਾਓ ਕਿਤੇ ਠੰਡ ਤੇ ਕਿਤੇ ਗਰਮੀ ਤੇ ਕਿਤੇ ਖੁਸ਼ੀ ਤੇ ਕਿਤੇ ਗਮ ਤੇ ਕਿਤੇ ਹਾਸਾ ਤੇ ਕਿਤੇ ਰੋਣਾ ਤੇ ਕਹਿੰਦੇ ਹੋਵਗੇ ਅੱਜ ਮੈਨੂੰ ਕੀ ਹੋ ਗਿਆ ਮੈਂ ਪੰਜਾਬੀ ਚ ਡਬਿੰਗ ਕਰ ਰਹੀ ਹਾਂ ਪੰਜਾਬੀ ਚ ਡਬਿੰਗਾਂ ਜੀ ਐਸ ਤੋਂ ਕਰ ਰਹੀ ਆ ਕਿ ਮੈਨੂੰ ਮੇਰੇ ਕੁਝ ਫਰੈਂਡਸ ਨੇ ਰਿਕੁਐਸਟ ਕਰ ਲਈ ਸੀ ਕਿ ਤੁਸੀਂ ਹੁਣ ਪੰਜਾਬੀ ਨਹੀਂ ਬੋਲਦੇ ਆਪਣੀ ਵੀਡੀਓ ਚ ਤੇ ਮੈਂ ਕਿਹਾ ਚਲੋ ਰਮਜ਼ਾਨ ਚ ਜਦੋਂ ਅੱਲਾਹ ਤਾਲਾ ਹਰ ਕਿਸੇ ਦੀ ਖੁਆਇਸ਼ ਪੂਰੀ ਕਰਦਾ ਤੇ ਮੈਂ ਇੱਕ ਵੀਡੀਓ ਚੋੜਾ ਪੰਜਾਬੀ ਚ ਬਣਾ ਲੈਂਨੀ ਆ ਉਹਨਾਂ ਦੀ ਵੀ ਖੁਆਇਸ਼ ਪੂਰੀ ਹੋ ਜਾਏਗੀ ਤੇ ਨਾਲੇ ਕਿ ਤੁਸੀਂ ਕਹਿੰਦੇ ਹੋਵੇ ਕਿ ਸਾਨੂੰ ਇਹ ਚੀਜ਼ਾਂ ਵਹਾਂਦੀ ਲੇਕਿਨ ਇਹਨਾਂ ਦੀ ਰੈਸਿਪੀ ਨਹੀਂ ਦੱਸਦੀ ਉਹ ਵੀ ਕੀ ਦੱਸਣੀ ਹੈ ਤੇ ਮੇਰੇ ਤੋਂ ਵੱਡੇ ਵੱਡੇ ਕੁਕਿੰਗ ਮਾਸਟਰ ਤੇ ਤੁਸੀਂ ਆਪ ਮੈਂ ਤਾਂ ਛੋਟੀ ਜਿਹੀ ਕੁਕਿੰਗ ਮਾਸਟਰ ਆ ਇਹ ਛੋਟੀਆਂ-ਮੋਟੀਆਂ ਚੀਜ਼ਾਂ ਬਣਾ ਲੈਂਨੀ ਆ ਹੋਰ ਕੁਝ ਨਹੀਂ ਬੱਚੇ ਜੋ ਕਹਿੰਦੇ ਨੇ ਬਣਾ ਲੈਂਨੀ ਆ ਤੇ ਹੋਰ ਸੁਣਾਓ ਜੀ ਕੀ ਹੋ ਰਿਹਾ ਠੀਕ ਠਾਕ ਹੋ ਰੋਜ਼ੇ ਕਿਵੇਂ ਗੁਜ਼ਰੇ ਨੇ ਮਾਸ਼ਾਅੱਲਾ ਮੇਰੇ ਤੇ ਪਹਿਲੇ ਰੋਜ਼ੇ ਤੋਂ بارش ਸੀ ਕੱਲ بارش ਨਹੀਂ ਹੋਈ ਲੇਕਿਨ ਮੇਰੇ ਕਿਸਾਨ ਭਰਾ ਭੈਣ ਜੀ ਨੇ ਨਾ ਉਹ ਬੜੀ ਪਰੇਸ਼ਾਨੀ ਅੱਲਾ ਉਹਨਾਂ ਤੇ ਆਪਣਾ ਕਰਮ ਕਰੇ ਇਹ ਤੇ ਅੱਲਾ ਦੇ ਕੰਮ ਨੇ ਤੇ ਅੱਲਾ ਦੀ ਹਕਮਤ ਦੇ ਰਾਜ਼ ਤੇ ਉਹ ਹੋਈ ਜਾਣ ਸਕਦਾ ਬੰਦਾ ਤੇ ਕੁਝ ਨਹੀਂ ਕਰ ਸਕਦਾ ਬੰਦਾ ਬਸ ਸਬਰ ਕਰ ਸਕਦਾ ਹੈ ਜਾਂ ਦੁਆ ਕਰ ਸਕਦਾ ਹੈ ਮੈਂ ਵੀ ਆਪਣੇ ਭੈਣ ਭਰਾ ਕਿਸਾਨ ਭੈਣ ਭਰਾਵਾ ਵਾਸਤੇ ਬਹੁਤ ਵੱਡੀ ਦੁਆ ਕਰੀ ਆ ਅੱਲਾ ਉਹਨਾਂ ਦੀ ਪੂਰੇ ਸਾਲ ਦੀ ਮਿਹਨਤ ਜ਼ਾਇਆ ਨਾ ਕਰੇ ਅੱਲਾ ਆਣਾ ਤੇ ਆਪਣਾ ਕਰਮ ਬਣਾਈ ਰੱਖੇ ਆਲਾ ਉਹਨਾਂ ਦੇ ਅਨਾਜ ਨੂੰ ਕੁਝ ਨਾ ਹੋਵੇ ਤੇ ਉਹ ਖੇਰ ਕਰੀਆ ਦੇ ਨਾਲ ਆਪਣਾ اناਜ ਆਪਣੇ ਘਰਚੇ ਲੈ ਕੇ ਆਣ ਤੇ ਉਹਨੂੰ ਸੇਲ ਕਰਕੇ ਤੇ ਆਪਣੇ ਘਰ ਦਾ ਜੋ ਵੀ ਬਜਟ ਵਗੈਰਾ ਸਹੀ ਕਰ ਲੈਣ ਤੇ ਅੱਲਾ ਮੇਰੇ ਕਿਸਾਨ ਭੈਣ ਭਰਾਵਾਂ ਤੇ ਬੜੀ ਕਰਮ ਕਰੇ ਕਰਮ ਨਵਾਜ਼ੀ ਕਰੇ ਹੋਰ ਜੀ ਹੋਰ ਸੁਣਾਓ ਜੀ ਤੇ ਵੀਡੀਓ ਚੰਗੀ ਲੱਗੇ ਤੇ ਲਾਈਕ ਵੀ ਕਰਿਓ ਜੇ ਤੇ ਸਬਸਕ੍ਰਾਈਬ ਵੀ ਕਰਿਓ ਜੇ ਇੱਕ ਤੱਤਵ ਨੂੰ ਕਹਿਣਾ ਪੈਂਦਾ ਮੈਨੂੰ ਤੇ ਇੱਕ ਹੋਰ ਗੱਲ ਸਮਝ ਨਹੀਂ ਪਿਆਂਦੀ ਇਹ ਪਤਾ ਨਹੀਂ ਕਿਹੜੀ ਮੇਰੇ ਨਾਲ ਵੀਡੀਓ ਦੇ ਵਿੱਚ ਕੋਈ ਆਂਦਾ ਹੈ ਜਾਂਦਾ ਹੈ ਪਰ ਸਬਸਕ੍ਰਾਈਬ ਕਰਦਾ ਹੈ ਫੇਰਨ ਸਬਸਕ੍ਰਾਈਬ ਹੋ ਜਾਂਦਾ ਮੈਨੂੰ ਇਹ ਸਮਝ ਨਹੀਂ ਆਉਂਦੀ ਤੇ ਜੇ ਕੋਈ ਗੁੱਸਾ ਹੈ ਕੋਈ ਨਰਾਜ਼ਗੀ ਹੈ ਤੇ ਮੈਨੂੰ ਦੱਸੋ ਮੈਨੂੰ ਮੈਸੇਜ ਕਰੋ ਮੈਨਾਂ ਸ਼ੇਅਰ ਕਰੋ ਨਰਾਜ਼ ਹੋ ਕੇ ਇੰਜ ਤੇ ਨਾ ਕਰੋ ਤੇ ਇੱਕ ਮੇਰੀ ਹੋਰ ਦੋਸਤ ਹੈ ਤੇ ਉਹਦੇ ਵਾਸਤੇ ਵੀ ਮੈਂ ਉਹ ਮੇਰੀ ਵੀਡੀਓ ਵੇਂਦੀ ਹੈ ਤੇ ਲਾਈਕ ਵੀ ਕਰਦੀ ਹੈ ਤੇ ਬਹੁਤ ਅੱਛਾ ਮੈਸੇਜ ਵੀ ਕਰਦੀ ਤੇ ਅੱਜ ਮੈਂ ਉਹਨੂੰ ਆਪਣੀ ਵੀਡੀਓ ਦੇ ਥਰੂ ਇੱਕ ਮੈਸੇਜ ਕਰਨੀ ਹੈ ਇੱਕ ਤੇ ਸਾਨੂੰ ਤੂੰ ਪਸੰਦ ਹੈ ਦੂਜੀ ਸਾਨੂੰ ਚਾਹ ਪਸੰਦ ਹੈ ਨਿੰਮਾ ਨਿੰਮਾ ਤੇਰਾ ਹਸਣਾ ਪਸੰਦ ਹੈ ਤਿੰਨ ਮਿੱਠੀਆਂ ਮਿੱਠੀਆਂ ਤੇਰੀਆਂ ਗੱਲਾਂ ਪਸੰਦ ਨੇ ਹੋਰ ਜੀ ਕੀ ਹਾਲ ਹੈ ਠੀਕ ਹੋ ਤੁਸੀਂ ਵੀ ਜੀ ਮੈਂ ਵੀ ਠੀਕ ਹਾਂ ਜੀ ਪਿਆਰ ਮੁਹੱਬਤ ਤੇ ਬੜੀਆਂ ਹੁੰਦੀਆਂ ਨੇ ਹਰ ਸਾਲ ਹੀ ਪੂਰਾ ਸਾਲ ਹੁੰਦਾ ਪੂਰੀ ਜ਼ਿੰਦਗੀ ਪਿਆਰ ਮੁਹੱਬਤ ਲੈਵੇਂ ਲੇਕਿਨ ਰਮਜ਼ਾਨ ਇੱਕ ਐਸਾ ਮਹੀਨਾ ਹੈ ਕਿ ਜਿਹੜੇ ਦੂਰ ਹੁੰਦੇ ਨੇ ਉਹ ਵੀ ਨਜ਼ਦੀਕ ਹੋ ਜਾਂਦੇ ਨੇ ਤੇ ਮਿਲ ਕੇ ਖਾਣਾ ਮਿਲ ਕੇ ਪਕਾਣਾ ਤੇ ਮਿਲ ਕੇ ਹੀ ਹਰ ਕੰਮ ਕਰਨਾ ਇੱਕ ਮਹੀਨਾ ਹੀ ਹੈ ਐਸਾ ਹੈ ਕਿ ਬੰਦਾ ਜਿਹੜਾ ਨਾ ਹਰ ਸਾਰੀਆਂ ਮੁਸਰਫੀਆਂ ਤਾਂ ਛੱਡ ਕੇ ਨਾ ਇੱਕ ਦੂਜੇ ਦੇ ਨਜ਼ਦੀਕ ਹੋ ਜਾਂਦਾ ਤੇ ਤਾਂ ਹੀ ਤੇ ਮੈਨੂੰ ਰਮਜ਼ਾਨ ਪਸੰਦ ਹੈ ਮੈਨੀਆਂ ਪੂਰਾ ਸਾਲ ਹੀ ਰਮਜ਼ਾਨ ਹੋਏ ਤਾਂ ਕਿ ਇੱਕ ਦੂਜੇ ਨਾਲ ਕੋਲਤੀ ਹੋਈਏ ਨਾ ਇੱਕ ਦੂਸਰੇ ਨਾਲ ਪਿਆਰ ਤੇ ਕਰੀਏ ਨਾ ਤੇ ਮਿਲ ਕੇ ਬਈਏ ਤੇ ਮਿਲ ਕੇ ਖਾਈਏ ਤੇ ਮਿਲ ਕੇ ਦੁੱਖ ਸੁੱਖੇ ਸ਼ੇਅਰ ਕਰੀਏ ਇੱਕ ਦੂਜੇ ਨਾਲ ਜੀ ਰੋਜ਼ਾ ਖੁੱਲਣ ਵਾਲਾ ਹੈ ਤੇ ਅਸਾਂ ਨੂੰ ਹੁਣ ਆਲੀ ਤੇ ਇਹ ਤੇ ਮੇਰੇ ਜ਼ਮਾਨ ਨੂੰ ਜਿਹੜੀ ਨਾ ਬੜੀ ਕਾਲੀ ਹੁੰਦੀ ਹੈ ਫਟਾਫਟ ਖਾਣ ਦੀ ਮੈਂ ਕਹਨੀਆ ਦੁਆ ਤੇ ਮੰਗ ਲਿਆ ਕਰ ਫਿਰ ਤੁਰਜ਼ਾਫਤਾਰ ਕਰਿਆ ਕਰਨੀ ਫਟਾਫਟ ਮੇਰੀ ਚਲੋ ਜੀ ਹੁਣ ਮੈਂ ਇਫਤਾਰੀ ਕਰ ਲਾਂ ਤੇ ਫਿਰ ਮਿਲਾਂਗੇ ਇੱਕ ਨਵੇਂ ਟੌਪਿਕ ਨਾਲ ਇੱਕ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਮੈਨੂੰ ਦੁਆਵਾਂ ਚ ਯਾਦ ਰੱਖਿਓ ਜੇ ਤੇ ਇਜਾਜ਼ਤ ਹੋ ਅਲਾ ਫੇਸ